ਕੋਈ ਕਿਹੜੀ ਉਮਰ ਦੀ ਹੋ ਕਿ ਆਪਣੇ ਆਖੋ ਮੌਲਾ ਦੇ ਘਰੇ ਪੈ ਕੇ ਮਿੰਬਰ ਦੇ ਮੌਲਵੀ ਕੋਲ ਗੱਲਾਂ ਸੁਣਦੇ ਓਏ ਮੌਲੀ ਮਲਵਾਣੀ ਕਿਹਾ ਹੁੰਦੇ 8 ਸਾਲ ਪੜਨੇ ਕੇ ਬਾਅਦ ਕਿ ਹਜ਼ੂਰ ਕਿਵੇਂ ਮਿਰਾਜ ਪਰ ਗਏ ਜਦ ਹਜ਼ੂਰ ਸਿਦਰਾ ਪਰ ਪਹੁੰਚੇ ਨਾ ਤੋ ਹਜ਼ੂਰ ਨੇ ਫਰਮਾਇਆ ਜਿਬਰੀਲ ਆਗੇ ਚੱਲੇ ਉਹ ਜਿਬਰੀਲ ਨੇ ਕਿਹਾ ਯਾ ਰਸੂਲਲਾ ਮੈਂ ਤੋਂ ਆਗੇ ਨਹੀਂ ਜਾਊਂਗਾ ਆਗੇ ਆਪ ਨੇ ਤਸ਼ਰੀਫ ਲੈ ਕੇ ਜਾਣੀ ਆ ਹਜ਼ੂਰ ਨੇ ਫਰਮਾਇਆ ਜਿਬਰੀਲ ਇਹ ਵੀ ਕੋਈ ਗੱਲ ਹੈ ਤੂੰ ਮੈਨੂੰ ਕਹਿੰਦਾ ਰਹਾ ਇਧਰ ਚੱਲੀਏ ਇਧਰ ਚੱਲੀਏ ਇਧਰ ਚੱਲੀਏ ਇਧਰ ਚੱਲੀਏ ਮੈਂ ਚੱਲਦਾ ਰਿਹਾ ਹੁਣ ਮੈਂ ਕਹਿੰਦਾ ਅੱਗੇ ਚੱਲੀਏ ਜਰਾ ਸੁਣੀ ਜਰਾ ਹਜ਼ੂਰ ਦਾ ਮਕਾਨ ਹੈ ਕੀ ਮਕਾਮ ਹੈ ਕੀ ਜਿਬਰੀਲ ਨੇ ਕਿਹਾ ਰਸੂਲਲਾ ਮੈਂ ਅਗਰ ਤੁਹਾਡੇ ਨਾਲ ਬਾਤ ਬਰਾਬਰ ਵੀ ਅੱਗੇ ਚੱਲਿਆ ਨਾ ਤੇ ਮੈਂ ਜਲ ਕੇ ਰਾਖ ਹੋ ਜਾਵਾਂਗਾ ਹੁਣ ਮੈਨੂੰ ਜਰਾ ਐ ਜਾਏ ਮੁਸਲਮਾਨ ਜਰਾ ਦੂਸੀ ਦਿਲ ਤੇ ਹੱਥ ਰੱਖ ਕੇ ਕਿ ਜਿਹੜੇ ਨੂਰ ਤੇ ਉਹਦਾ ਰੁਕ ਗਏ ਸੁਭਾਨ ਅੱਲਾ ਦਸੀ ਨਾ ਜਰਾ ਜਿਹੜੇ ਲੋਕ ਬੋਲੇ ਹਜ਼ੂਰ ਕਿਵੇਂ ਮਿਰਾਜ ਪਰ ਗਏ ਹੋ ਮੈਂ ਕਹਾਂ ਦੱਸ ਨੂਰ ਤੋਂ ਵਹਾਂ ਰੁਕ ਗਏ ਫਿਰ ਅੱਗੇ ਕੌਣ ਰਹੇ ਹੋਏ ਫਿਰ ਹਮਾਰਾ ਇਹ ਸਮਝ ਆਇਆ ਕਿ ਹਜ਼ੂਰ ਦੇ ਮੁਹੱਬਤ ਵਾਲੋਂ ਕੋ ਆਸ਼ਿਕ ਕੋ ਸਮਝ ਆਤੀ ਹੈ ਇਕਬਾਲ ਕਹਿੰਦਾ ਮੂਮਿਨ ਰਿਸ਼ਕ ਦਾ ਵੈਸ਼ਕ ਮੂਮਿਨ ਇਸ਼ਕ ਦਾ ਨਾ ਮੁਮਕਿਨ ਹੈ ਨਾ ਮੁਮਕਿਨ ਹੈ ਇਕਬਾਲ ਕਹਿੰਦਾ ਜਿੱਥੇ ਮੂਮਿਨ ਉੱਤੇ ਇਸ਼ਕ ਜਿੱਥੇ ਇਸ਼ਕ ਉੱਤੇ ਮੂਮਿਨ ਦੁਨੀਆ ਜਿਹਨੂੰ ਨਾ ਮੁਮਕਿਨ ਸਮਝੇ ਆਸ਼ਿਕ ਕਰਕੇ ਵਿਖਾਉਂਦਾ ਹੈ